ਸੰਦੀਪ ਜੀ ਅਕਸਰ ਅਸੀਂ ਦੇਖਦੇ ਹਾਂ ਕਿ ਸਮਾਜ ਦੇ ਵਿੱਚ ਨਾ ਜੋ ਸਟੀਰੀਓਟਾਈਪ ਲੋਕਾਂ ਦੇ ਨਾਲ ਵਿਚਰਨਾ ਹੈ ਨਾ ਬਹੁਤ ਮੁਸ਼ਕਲ ਹੁੰਦਾ ਖਾਸ ਕਰਕੇ ਕੁੜੀਆਂ ਦੇ ਲਈ ਬਹੁਤ ਤਰ੍ਹਾਂ ਦਾ ਜਿਹੜਾ ਸਮਾਜਿਕ ਪ੍ਰੈਸ਼ਰ ਹੈ ਦਬਾਅ ਉਹਨਾਂ ਨੂੰ ਝੱਲਣਾ ਪੈਂਦਾ ਹੈ ਨਾ ਪਰਿਵਾਰਾਂ ਦਾ ਕਈ ਵਾਰ ਬੱਚੀਆਂ ਬਹੁਤ ਕੁਝ ਕਰਨਾ ਚਾਹੁੰਦੀਆਂ ਅੱਗੇ ਪਰ ਉਹਨਾਂ ਨੂੰ ਉਹਵੇਂ ਦੇ ਮੌਕੇ ਨਹੀਂ ਮਿਲਦੇ ਜਾਂ ਫਿਰ ਉਹ ਆਪਣੀ ਗੱਲ ਮਤਲਬ ਜਿਵੇਂ ਨਾ ਸਾਨੂੰ ਸਹਿਣ ਦੀ ਆਦਤ ਪੈ ਜਾਂਦੀ ਹੈ ਕੀ ਕਹਿਣਾ ਚਾਹੋਗੇ ਉਹਨਾਂ ਦੇ ਲਈ ਦੇਖੋ ਮੈਂ बार-बार अपनी फैमिली ਦਾ ਹੀ ਐਗਜ਼ਾਮਪਲ ਤੁਹਾਨੂੰ ਦੇ ਰਹੀ ਆ ਕਿ ਪਹਿਲਾ ਵਿਸ਼ਵਾਸ ਮਾਤਾ ਪਿਤਾ ਨੂੰ ਆਪਣੇ ਬੱਚੇ ਵਿੱਚ ਦਿਖਾਉਣਾ ਚਾਹੀਦਾ ਹੈ ਸਮਾਜ ਕੀ ਕਹੇਗਾ ਇਸ ਗੱਲ ਨਾਲ ਕੀ ਫਰਕ ਪੈਂਦਾ ਜੇ ਤੁਹਾਨੂੰ ਆਪਣੇ ਬੱਚੇ ਤੇ ਯਕੀਨ ਹੈ ਜਿਵੇਂ ਕਿ ਮੈਂ ਤੁਹਾਨੂੰ ਥੋੜੀ ਦੇਰ ਪਹਿਲਾਂ ਕਿਹਾ ਕਿ ਮੇਰੇ ਪਿਤਾ ਜੀ ਕਹਿੰਦੇ ਸੀ ਰਾਤ ਦੇ 12 ਵਜੇ ਵੀ ਮੈਨੂੰ ਡਾਕਟਰ ਲੱਭਣ ਭੇਜਾਂਗਾ ਤਾਂ ਇਹ ਲੱਭ ਕੇ ਲੈ ਕੇ ਆਏਗੀ ਮੈਨੂੰ ਇੰਨਾ ਯਕੀਨ ਹੈ ਮੇਰੀ ਬੇਟੀ ਤੇ ਮੈਂ ਉਹਨੂੰ ਇਸ ਕਾਬਲ ਬਣਾਇਆ ਤੁਸੀਂ ਆਪਣੇ ਬੱਚੇ ਤੇ ਵਿਸ਼ਵਾਸ ਰੱਖੋ ਉਹਨੂੰ ਇਸ ਕਾਬਲ ਬਣਾਓ ਕਿ ਹਾਂ ਉਹ ਚਾਰ ਲੋਕਾਂ ਵਿੱਚ ਖੜ ਕੇ ਗੱਲ ਕਰ ਸਕੇ ਆਪਣੀ ਗੱਲ ਕਹਿ ਸਕੇ ਜਦ ਤੁਸੀਂ ਘਰ ਵਿੱਚ ਹੀ ਉਸਨੂੰ ਗੱਲ ਕਹਿਣ ਤੋਂ ਰੋਕ ਦਿੰਨੇ ਹੋ ਕਿ ਤੂੰ ਕੁੜੀਆਂ ਤੂੰ ਨਹੀਂ ਬੋਲ ਸਕਦੀ ਜਾਂ ਕਈ ਵਾਰ ਮੁੰਡਿਆਂ ਨੂੰ ਵੀ ਦਬਾ ਲੈਂਦੇ ਨੇ ਕਿ ਨਹੀਂ ਅਸੀਂ ਕਹਿ ਰਹੇ ਹਾਂ ਅਸੀਂ ਕਰ ਰਹੇ ਹਾਂ ਇਹ ਠੀਕ ਹੈ ਤੁਸੀਂ ਆਪਣੇ ਬੱਚੇ ਦੀ ਗੱਲ ਸੁਣ ਵੀ ਨਹੀਂ ਰਹੇ ਤਾਂ ਬੱਚਾ ਬਾਹਰ ਨਿਕਲ ਕੇ ਕੋਈ ਵੀ ਵਿਅਕਤੀ ਬਾਹਰ ਨਿਕਲ ਕੇ ਕਿਸ ਤਰ੍ਹਾਂ ਗੱਲ ਕਰੇਗਾ ਜੇ ਉਹਨੂੰ ਘਰ ਵਿੱਚ ਹੀ ਬੋਲਣ ਦਾ ਮੌਕਾ ਨਹੀਂ ਮਿਲ ਰਿਹਾ ਚੈਰਿਟੀ ਬਿਗਿੰਜ਼ ਐਟ ਹੋਮ ਪਹਿਲਾ ਵਿਸ਼ਵਾਸ ਤੁਹਾਨੂੰ ਆਪਣੇ ਬੱਚੇ ਅੰਦਰ ਦਿਖਾਣਾ ਪਏਗਾ ਤਾਂ ਹੀ ਭਾਵੇਂ ਉਹ ਬੇਟਾ ਹੈ ਭਾਵੇਂ ਬੇਟੀ ਹੈ ਬਾਹਰ ਨਿਕਲ ਕੇ ਉਹ ਆਪਣੇ ਆਪ ਨੂੰ ਐਕਸਪ੍ਰੈਸ ਕਰ ਪਾਏਗਾ ਲੋਕਾਂ ਵਿੱਚ ਖੜ ਪਾਏਗਾ ਆਪਣੀ ਇੱਕ ਜਗ੍ਹਾ ਬਣਾ ਪਾਏਗਾ ਮੇਰਾ ਮੰਨਣਾ ਤਾਂ ਇਹ ਹੈ ਜੀ ਤੁਹਾਡੇ ਕੋਲ ਵਕ ਵਕ ਥਾਵਾਂ ਤੇ ਵਕ ਵਕ ਉਹਦਿਆਂ ਤੇ ਕੰਮ ਕਰਨ ਦਾ ਅਨੁਭਵ ਰਿਹਾ ਹੈ ਹਾਂਜੀ ਇੱਕ ਚੀਜ਼ ਤੁਹਾਡੇ ਤੋਂ ਜਾਣਨੀ ਚਾਹਾਂਗੀ ਮੈਂ ਜ਼ਰੂਰ ਤੁਹਾਨੂੰ ਕਦੇ ਇਹ ਲੱਗਿਆ ਕਿ ਸਮਾਜ ਵਿੱਚ ਕਾਮਕਾਜੀ ਮਹਿਲਾਵਾਂ ਲਈ ਜ਼ਿਆਦਾ ਮੁਸ਼ਕਿਲਾਂ ਨਹੀਂ ਜਾਂ ਔਰਤ ਤੇ ਮਰਦ ਲਈ ਜਿਹੜੇ ਦੋਰੇ ਮਾਪਦੰਡ ਉਹ ਵਰਤੇ ਜਾਂਦੇ ਆ ਕਾਮਕਾਜੀ ਥਾਵਾਂ ਤੇ ਮੈਂ ਇਹ ਕਵਾਂਗੀ ਕਿ ਕਾਮਕਾਜੀ ਥਾਵਾਂ ਕਿ ਅਸੀਂ ਹਰ ਥਾਂ ਵੀ ਜਿੱਥੇ ਵੀ ਜਾਈਏ ਉਹ ਇੱਕ ਫਰਕ ਅਸੀਂ ਔਰਤ ਤੇ ਮਰਦ ਦਾ ਹਮੇਸ਼ਾ ਹੀ ਦੇਖਦੇ ਹਾਂ ਦੋਹਰੇ ਮਾਪਦੰਡ ਦੀ ਜੇ ਗੱਲ ਕਰੀਏ ਕਿ ਸਰਕਾਰੀ ਨੌਕਰੀ ਵਿੱਚ ਤਾਂ ਚਲੋ ਉਹਨਾਂ ਨੇ ਇੱਕ ਤਨਖਾਹ ਫਿਕਸ ਕੀਤੀ ਹੋਈ ਹੈ ਪਰ ਜੇ ਅਸੀਂ ਉੰਜ ਬਾਹਰ ਨਿਕਲ ਕੇ ਦੇਖੀਏ ਤਾਂ ਇੱਕ ਮੇਲ ਨੂੰ ਹਮੇਸ਼ਾ ਹੀ ਹਾਇਰ ਪੇ ਸਕੇਲ ਆਫਰ ਹੁੰਦਾ ਹੈ ਇੱਕ ਫੀਮੇਲ ਦੇ ਮੁਕਾਬਲੇ ਉਹਨਾਂ ਨੂੰ ਹਮੇਸ਼ਾ ਹੀ ਹੁੰਦਾ ਹੈ ਕਿ ਇਸ ਨੂੰ ਘਟ ਦਿੱਤਾ ਜਾਵੇ ਤੇ ਸਾਰੀਆਂ ਥਾਵਾਂ ਤੇ ਨਹੀਂ ਪਰ ਬਹੁਤ ਸਾਰੀਆਂ ਥਾਵਾਂ ਤੇ ਅਜੇ ਵੀ ਇਹ ਚੱਲ ਰਿਹਾ ਹੈ ਕਿ ਇੱਕ ਫੀਮੇਲ ਨੂੰ ਘੱਟ ਪੇ ਆਫਰ ਹੁੰਦੀ ਹੈ ਕਿ ਤੂੰ ਕੁੜੀਆਂ ਤੈਨੂੰ ਇੰਨੇ ਕਿਹੀ ਚਾਹੀਏ ਇੰਨੇ ਕ ਪੈਸਿਆਂ ਨਾਲ ਇਹਦਾ ਸਰ ਜਾਏਗਾ ਇਹਨੂੰ ਜ਼ਿਆਦਾ ਦੇ ਕੇ ਕੀ ਕਰਨਾ ਹੈ ਜਾਂ ਉਹਦੀ ਕਾਬਲੀਅਤ ਨੂੰ ਇਸ ਗੱਲ ਤੇ ਨਹੀਂ ਇਹ ਨਹੀਂ ਦੇਖਦੇ ਕਿ ਉਹ ਪੜ੍ਹੀ ਲਿਖੀ ਹੈ ਉਹਦੇ ਚ ਕਾਬਲੀਅਤ ਹੈ ਇਹ ਔਰਤ ਹੈ ਇਹ ਤੋਂ ਇਹ ਕੰਮ ਨਹੀਂ ਹੋਣਾ ਤੇ ਉਸ ਤੋਂ ਬਾਅਦ ਸਾਡੇ ਸਮਾਜ ਵਿੱਚ ਇਹ ਧਾਰਨਾ ਵੀ ਹੈ ਕਿ ਜਿਵੇਂ ਅਫਸਰਸ ਵਿੱਚ ਜਾਣਦੇ ਆ ਤਾਂ ਇਹ ਮੰਨਿਆ ਜਾਂਦਾ ਹੈ ਕਿ ਜੀ ਇੱਕ ਔਰਤ ਬੌਸ ਨਹੀਂ ਹੋ ਸਕਦੀ ਹੂੰ ਮੈਂ ਵਕਫ ਵਕਫ ठाਵਾਂ ਤੇ ਕੰਮ ਕੀਤਾ ਹੈ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਯੂਨੀਵਰਸਿਟੀ ਵਿੱਚ ਹਾਂ ਵੀ ਕੰਮ ਕੀਤਾ ਹੈ ਤਾਂ ਇੱਕ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਦੀ ਚੋਣ ਹੋਣੀ ਸੀ ਤਾਂ ਉਸ ਟਾਈਮ ਕੈਂਡੀਡੇਟਸ ਦੇ ਜਦੋਂ ਨਾਮ ਆਏ ਤਾਂ ਦੋ ਫੀਮੇਲਜ਼ ਦੇ ਨਾਮ ਵੀ ਆਏ ਤਾਂ ਸਭ ਨੇ ਕਿਹਾ ਕਿ ਫੀਮੇਲਜ਼ ਵਾਈਸ ਚਾਂਸਲਰ ਨਹੀਂ ਬਣ ਸਕਦੀਆਂ ਕਿ ਇੱਥੋਂ ਦਾ ਜੋ ਸੈਟਅਪ ਹੈ ਜੋ ਇੱਥੋਂ ਦਾ ਸੈਟਅਪ ਹੈ ਉਹ ਇਹੀ ਕਹਿੰਦਾ ਹੈ ਕਿ ਇਹ ਲੋਗ ਇੱਕ ਫੀਮੇਲ ਤੋਂ ਆਰਡਰਸ ਨਹੀਂ ਲੈ ਸਕਦੇ ਹੂੰ ਮੈਂ ਆਪਣੇ ਵਰਕਪਲੇਸ ਤੇ ਵੀ ਇਹ ਫੀਲ ਕੀਤਾ ਕਿ ਮੇਰੀ ਕਾਬਲੀਅਤ ਨੂੰ ਦੇਖ ਕੇ ਮੇਰੀ ਮਿਹਨਤ ਨੂੰ ਦੇਖ ਕੇ ਮੇਰੇ ਯੂਨੀਵਰਸਿਟੀ ਵਾਲਿਆਂ ਨੇ ਮੈਨੂੰ ਕੁਝ ਰਿਸਪੌਂਸਿਬਿਲਿਟੀਜ਼ ਦਿੱਤੀਆਂ ਪਰ ਮੇਰੇ ਖੁਦ ਦੇ ਡਿਪਾਰਟਮੈਂਟ ਵਿੱਚ ਕੁਝ ਮੇਲ ਸਾਰੇ ਨਹੀਂ ਕੁਝ ਮੇਲਸ ਨੂੰ ਇਸ ਗੱਲ ਤੋਂ ਬਹੁਤ ਪ੍ਰੋਬਲਮ ਸੀ ਕਿ ਇੱਕ ਫੀਮੇਲ ਹਮ ਇੱਕ ਫੀਮੇਲ ਉਹਨਾਂ ਨੂੰ ਲੀਡ ਕਰ ਰਹੀ ਹੈ ਉਹਨਾਂ ਨੂੰ ਲੀਡ ਕਰ ਰਹੀ ਹੈ ਔਖਾ ਲੱਗਦਾ ਹੈ ਨਾ ਔਖਾ ਲੱਗਦਾ ਹੈ ਕਿ ਮੈਨੂੰ ਆਰਡਰ ਨਹੀਂ ਦੇ ਸਕਦੀ ਮੈਂ ਅਸਿਸਟੈਂਟ ਪ੍ਰੋਫੈਸਰ ਸੀ ਇੱਕ ਐਸੋਸੀਏਟ ਪ੍ਰੋਫੈਸਰ ਸੀ ਉਹਨਾਂ ਨੇ ਮੈਨੂੰ ਮਤਲਬ ਆਫੀਸ਼ੀਅਲੀ ਮੇਰੇ ਕੋਲ ਅਜ ਵੀ ਉਹ ਮੇਲਸ ਪਈਆਂ ਨੇ ਕਿ ਜਦੋਂ ਕੋਵਿਡ ਦੇ ਦੌਰਾਨ ਮੇਰੇ ਤੇ ਜ਼ਿੰਮੇਵਾਰੀ ਸੀ ਕਿ ਮੈਂ ਸਭ ਤੋਂ ਉਹਨਾਂ ਦੀ ਵਰਕ ਦੀ ਰਿਪੋਰਟ ਲਵਾ ਤੇ ਮੈਂ ਉਹਨਾਂ ਤੋਂ ਰਿਪੋਰਟ ਮੰਗਦੀ ਸੀ ਉਹ ਰਿਪੋਰਟ ਟਾਈਮ ਸਿਰ ਨਹੀਂ ਭੇਜਦੇ ਸੀ ਤમે ਉਹਨਾਂ ਨੂੰ ਇੱਕ ਬੜੀ ਪੋਲਾਈਟਲੀ ਕਿਹਾ ਕਿ ਸਰ ਤੁਹਾਡੇ ਅਹੁਦੇ ਦੇ ਮੁਤਾਬਕ ਤੁਹਾਡੇ ਰੁਤਬੇ ਦੇ ਮੁਤਾਬਕ ਤੁਸੀਂ ਟਾਈਮ ਸਰ ਜੀ ਰਿਪੋਰਟ ਭੇਜੋਗੇ ਅੱਛਾ ਰਹੇਗਾ ਕਿ ਸਰ ਨਹੀਂ ਤਾਂ ਡਿਪਾਰਟਮੈਂਟ ਦੀ ਰੈਪਿਊਟੇਸ਼ਨ ਵੀ ਖਰਾਬ ਹੁੰਦੀ ਹੈ ਤੇ ਉਸਨੇ ਮੈਨੂੰ ਮੇਲ ਕੀਤੀ ਕਿ ਤੂੰ ਇੱਕ ਅਸਿਸਟੈਂਟ ਪ੍ਰੋਫੈਸਰ ਹੈ ਤਾਂ ਅਸਿਸਟੈਂਟ ਪ੍ਰੋਫੈਸਰ ਬਣ ਕੇ ਰਹਿ। ਹੂੰ ਮੈਨੂੰ ਤੂੰ ਆਰਡਰ ਨਹੀਂ ਦੇ ਸਕਦੀ। ਜਦ ਕਿ ਮੈਂ ਸਿਰਫ ਆਪਣੇ ਹੈਡ ਦੇ ਆਰਡਰਸ ਕਨਵੇ ਕਰ ਰਹੀ ਸੀ ਕਿ ਰਿਪੋਰਟ ਟਾਈਮ ਤੇ ਦੇ ਦਿਓ ਕਿ ਮੈਂ ਕੰਪਾਈਲ ਕਰਨਾ ਕੰਮ ਤੇ ਮੈਨੂੰ ਅੱਗੇ ਭੇਜਣ ਵਿੱਚ ਤਕਲੀਫ ਹੁੰਦੀ ਮੁਸ਼ਕਿਲ ਹੁੰਦੀ ਹੈ ਜੋ ਕੰਮ ਲੇਟ ਹੁੰਦਾ ਤਾਂ ਮੈਨੂੰ ਕੋਈ ਚ ਨਹੀਂ ਹੁੰਦੀ ਪਲੀਜ਼ ਤੁਸੀਂ ਟਾਈਮ ਤੇ ਭੇਜ ਦਿਓ ਬਟ ਉਹ ਸਿਰਫ ਇਸ ਕਰਕੇ ਨਹੀਂ ਭੇਜਦੇ ਸੀ ਕਿਉਂਕਿ ਮੈਂ ਇੱਕ ਔਰਤ कि ਜਦੋਂ ਬਾਅਦ ਵਿੱਚ ਉਹਨਾਂ ਨੇ ਮੈਨੂੰ ਕੁਐਸ਼ਨ ਵੀ ਮਤਲਬ ਕੋਈ ਗੱਲ ਹੋਈ ਮਤਲਬ ਹੀ ਕੇਪਟ 온 ਡੂਇੰਗ ਦਿਸ ਹੀ ਕੇਪਟ 온 ਡੂਇੰਗ ਦਿਸ ਤੇ ਮੈਂ ਮੈਂ ਆਪਣੇ ਮੇਰੇ ਸਮੇਂ ਨੂੰ ਸਾਰੇ ਕਹਿੰਦੇ ਸੀ ਕਿ ਤੂੰ ਨਾ ਮੂੰਹ ਲੱਗਿਆ ਕਰ ਤੂੰ ਆਪਣਾ ਸਾਈਡ ਤੇ ਰਹਿ ਮੈਂ ਵੀ ਇਹੀ ਸੋਚਦੀ ਸੀ ਕਿ ਮੈਂ ਆਪਣਾ ਕੰਮ ਕਰਨਾ ਹੈ ਬਹਿਸ ਕਰੇ ਨਾ ਕੋਈ ਫਾਇਦਾ ਨਹੀਂ ਹੈ ਪਰ ਇੱਕ ਵਾਰ ਕੁਝ ਗੱਲ ਹੋਈ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਗੱਲ ਨਹੀਂ ਕਰ ਸਕਦੇ ਤਾਂ ਮੈਨੂੰ ਇਹ ਕਿਹਾ ਗਿਆ ਕਿ ਤੂੰ ਔਕਾਤ ਵਿੱਚ ਰਹਿ ਹੂੰ ਇਹ ਗੱਲ ਉਹ ਕਦੇ ਕਿਸੇ ਮੇਲ ਨੂੰ ਨਾ ਕਹਿੰਦੇ ਮੈਨੂੰ ਸਿਰਫ ਇਸ ਕਰਕੇ ਉਹਨਾਂ ਨੇ ਕਹੀ ਕਿ ਤੂੰ ਇੱਕ ਔਰਤ ਹੈ ਤੂੰ ਔਕਾਤ ਵਿੱਚ ਰਹਿ ਹੂੰ ਤੇ ਮੈਂ ਸਿਰਫ ਇਹੀ ਕਿਹਾ ਕਿ ਮੈਨੂੰ ਪਤਾ ਹੈ ਕਿ ਮੈਂ ਕਿੱਥੇ ਹਾਂ ਔਕਾਤ ਤੁਸੀਂ ਵੀ ਆਪਣੀ ਲਿਮਟ ਵਿੱਚ ਰਹੋ ਮੈਂ ਵੀ ਆਪਣੀ ਲਿਮਟ ਵਿੱਚ ਤਾਂ ਹੀ ਰਹਿ ਕੇ ਗੱਲ ਕਰਾਂਗੀ ਜੇ ਤੁਸੀਂ ਆਪਣੀ ਲਿਮਟ ਵਿੱਚ ਰਹੋਗੇ ਕਿ ਉਹ ਦੋਹਰੇ ਮਾਪਦੰਡ ਜਾਂ ਉਹ ਵਿਤਕਰੇ ਦਾ ਸਾਹਮਣਾ ਤੁਹਾਨੂੰ ਕਰਨਾ ਹੀ ਪੈਂਦਾ ਜਿਹੜੀ ਗੱਲ ਤੁਹਾਡੀ ਸੀਗੀ ਕਿ ਹਾਂਜੀ ਸਾਨੂੰ ਮਤਲਬ ਲੋਕੇ ਡਿਸਕ੍ਰਿਮੀਨੇਸ਼ਨ ਕਰਦੇ ਨੇ ਕਿ ਔਰਤ ਹੈ ਤਾਂ ਇਹ ਉਸ ਤਰੀਕੇ ਨਾਲ ਕੰਮ ਨਹੀਂ ਕਰ पाएगी ਪਰ ਜੇ ਤੁਹਾਡੇ ਅੰਦਰ ਕੰਮ ਕਰਨ ਦਾ ਜਜ਼ਬਾ ਹੈ ਜੇ ਤੁਹਾਡੇ ਅੰਦਰ ਕਾਬਲੀਅਤ ਹੈ ਤਾਂ ਤੁਹਾਨੂੰ ਮੌਕਾ ਵੀ ਮਿਲਦਾ ਹੈ ਹਰ ਥਾਂ ਨਹੀਂ ਹੁੰਦਾ ਪਰ ਬਹੁਤੀਆਂ ਥਾਵਾਂ ਤੇ ਹੁੰਦਾ ਹੀ ਹੈ ਬਹੁਤੀਆਂ ਥਾਵਾਂ ਤੇ ਇਹੀ ਮੰਨਿਆ ਜਾਂਦਾ ਹੈ ਕਿ ਔਰਤ ਨਹੀਂ ਬੋਲ ਸਕਦੀ ਇਦੇ ਅੰਦਰ ਇਹ ਦੇ ਇੱਕ ਅੱਛੀ ਲੀਡਰ ਨਹੀਂ ਸਾਬਿਤ ਹੋ ਸਕਦੀ ਇਹਨੂੰ ਸਿਰਫ ਡੈਸਕ ਜੌਬ ਹੀ ਦਵੋ ਉਹਨੂੰ ਇੰਨਾ ਕੀ ਕੰਮ ਦਵੋ ਜਿੰਨਾ ਇਹ ਕਰ ਸਕੇ ਜਾਂ ਇਹਦੇ ਬਾਰੇ ਇਹਨੂੰ ਤਾਂ ਬੱਚਿਆਂ ਦੀ ਪੈ ਜਾਣੀ ਹੈ ਜੇ ਕੋਈ ਨਵੀਂ ਵਿਆਹੀ ਕੁੜੀ ਜੌਬ ਜੁਆਇਨ ਕਰਦੀ ਹੈ ਤਾਂ ਸਾਰੇ ਪਹਿਲਾਂ ਹੀ ਕਹਿੰਦੇ ਨੇ ਥੋੜੇ ਦਿਨਾਂ ਬਾਅਦ ਸ਼ੀ ਵਿਲ ਬੀ ਔਨ ਫੈਮਲੀ ਵੇ ਇਹ ਕੀ ਕੰਮ ਕਰੇਗੀ ਜੀ ਮਤਲਬ ਮੈਂ ਕਿਸੇ ਇੰਸਟੀਟਿਊਸ਼ਨ ਦੀ ਹੀ ਗੱਲ ਦੱਸ ਰਹੀ ਹਾਂ ਕਿ ਉੱਥੇ ਕਿਸੇ ਅਸਿਸਟੈਂਟ ਪ੍ਰੋਫੈਸਰ ਨੇ ਜੁਆਇਨ ਕੀਤਾ ਸ਼ੀ ਵਾਸ ਨਿਊਲੀ ਮੈਰਿਡ ਤਾਂ ਉਹਨਾਂ ਨੇ ਕਿਹਾ ਤੁਸੀਂ ਕੁੜੀ ਲੈ ਆਏ ਹੋ 10 ਥੋੜੇ ਦਿਨਾਂ ਬਾਅਦ ਤਾਂ ਇਹਨੇ ਫੈਮਿਲੀ ਵੇ ਤੇ ਚਲੇ ਜਾਣਾ ਤੁਹਾਡੀ ਤਾਂ ਪੋਸਟ ਫੇਅਰ ਖਾਲੀ ਦਿਖਾ ਲਈ ਹੂੰ ਮਤਲਬ ਔਰਤ ਬਾਰੇ ਹੀ ਕਿਹਾ ਜਾਂਦਾ ਕਿ ਹੋਰ ਨਹੀਂ ਤਾਂ ਇਹ ਬੱਚੇ ਜੰਮਣ ਬੈਠ ਜੇਗੀ ਕੰਮ ਤਾਂ ਇਹ ਤੋਂ ਹੋਣਾ ਨਹੀਂ ਇਹਨੂੰ ਫੈਮਿਲੀ ਹੀ ਚਾਹੀਦੀ ਹੈ ਜਦ ਕਿ ਤੁਹਾਡੀ ਗੱਲ ਉਹ ਸਹੀ ਹੈ ਕਿ ਔਰਤ ਲਈ ਮੁਸ਼ਕਲਾਂ ਨੇ ਘਰ ਵਿੱਚ ਵੀ ਮੁਸ਼ਕਲਾਂ ਨੇ ਇੱਕ WhatsApp ਤੇ ਬੜਾ ਮੈਸੇਜ ਸ਼ੇਅਰ ਹੁੰਦਾ ਹੈ ਕਿ ਉਹਦੇ ਵਿੱਚ ਔਰਤ ਤੇ ਮਰਦ ਨੂੰ ਰੇਸ ਟਰੈਕ ਬਣਿਆ ਹੋਇਆ ਹੈ ਤੇ ਉਹਦੇ ਵਿੱਚ ਉਹਨਾਂ ਦੋਨਾਂ ਨੇ ਆਫਿਸ ਜਾਣ ਲਈ ਤਿਆਰ ਖੜੇ ਨੇ ਉਹ ਰੇਸ ਟਰੈਕ ਨੂੰ ਰੋਡ ਟੂ ਆਫਿਸ ਦਿਖਾਇਆ ਗਿਆ ਹੈ ਤੇ ਆਦਮੀ ਵਾਲੀ ਸਾਈਡ ਤੇ ਉਹ ਟਰੈਕ ਬਿਲਕੁਲ ਖਾਲੀ ਹੈ ਜਦ ਕਿ ਔਰਤ ਵਾਲੀ ਸਾਈਡ ਤੇ ਬਰਤਨ ਵੀ ਪਏ ਨੇ ਕੱਪੜੇ ਵੀ ਪਏ ਨੇ ਵਿੱਚ ਬੱਚੇ ਵੀ ਪਏ ਨੇ ਡ्रेसेस ਵੀ ਪਈਆਂ ਨੇ ਪੂਰੀ ਚੀਜ਼ ਮਤਲਬ ਉਹਨਾਂ ਨੇ ਸਾਰੇ ਘਰ ਦੇ ਕੰਮ ਕਰਕੇ ਫੇਰ ਅੱਗੇ ਆਫਿਸ ਜਾਣਾ ਹੈ ਜਦ ਕਿ ਮਰਦ ਨੇ ਸਿਰਫ ਤਿਆਰ ਹੋਣਾ ਤੇ ਉਹਨੇ ਆਫਿਸ ਜਾਣਾ ਹੈ ਮਤਲਬ ਉਹ ਇੱਕ ਜਿਹੜਾ ਹੈ ਰਸਤਾ ਆਫਿਸ ਤੱਕ ਜਾਣ ਦਾ ਇੱਕ ਔਰਤ ਤੇ ਮਰਦ ਦਾ ਬਿਲਕੁਲ ਵੱਖਰਾ ਵਾਹ